ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਹੈ ਸਾਰਿਆਂ ਦਾ। ਅੱਜ ਦਾ ਸ਼ੂਟ ਤੁਹਾਡੀ ਸਾਰਿਆਂ ਦੀ ਡਿਮਾਂਡ ਤੇ, ਹੌਟ ਫੇਵਰੇਟ ਟਰੈਕਟਰ 10 ਸਬਵੂਫਰ ਨਾਲ। 10 ਸਬਵੂਫਰ ਵੀ ਕਹਾਂ ਤੇ ਘੱਟ ਹੈ, ਕਿਉਂਕਿ ਜਿਹੜੇ 2 ਸਬਵੂਫਰ ਨੀਚੇ ਲੱਗੇ ਆ ਨਾ, ਉਹ ਮਤਲਬ 4 ਦੇ ਬਰਾਬਰ ਇੱਕ ਹੈ। ਆਪਾਂ 12 ਸਬਵੂਫਰ ਕਹਿ ਸਕਦੇ ਹਾਂ ਅੱਜ ਦੀ ਵੀਡੀਓ 'ਚ, ਪਰ ਚਲੋ ਅਸੀਂ 10 ਕੈਲਕੂਲੇਟ ਕਰਦੇ ਹਾਂ। ਤੁਹਾਨੂੰ ਗਿਣਤੀ ਵੀ ਗਿਣਾਵਾਂਗੇ ਤੇ ਡਾਊਨ ਸੀਲਿੰਗ, ਕਰੋਮ ਅਸੈਸਰੀ, ਕਸਟਮ ਸਟੇਅਰਿੰਗ, ਕਸਟਮ ਹੈੱਡਲਾਈਟਸ, ਬੰਪਰ, ਮਤਲਬ ਜਿੰਨੀ ਕੁ ਤਾਰੀਫ ਮੈਂ ਟਰੈਕਟਰ ਦੀ ਕਰ ਲਾਂ ਉਨੀ ਥੋੜ੍ਹੀ ਹੈ। ਕਿਆ ਤਿਆਰ ਕੀਤਾ ਮੇਰੇ ਵੀਰ ਨੇ, ਮਜ਼ਾ ਆਏਗਾ ਸਾਰੀ ਵੀਡੀਓ ਦੇਖਣ ਦਾ। ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ, ਖਰਚਾ ਸਾਰਾ ਪੁੱਛਾਂਗੇ ਐਂਡ 'ਤੇ। ਨਾਲ ਵੀ ਕੋਸ਼ਿਸ਼ ਕਰਾਂਗੇ ਜਿਹੜੇ ਛੋਟੇ ਛੋਟੇ ਪਾਰਟ ਹੈ ਨਾਲ ਕਵਰ ਕਰਾਂਗੇ, ਬਟ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ। ਪੰਜਾਬੀ ਗਾਣਾ ਤੁਹਾਨੂੰ ਸੁਣਨ ਨੂੰ ਮਿਲੇਗਾ ਸਾਡੀ ਇੰਸਟਾਗ੍ਰਾਮ ID 'ਤੇ ਮੋਡੀਫਾਈਡ ਅੰਡਰਸਕੋਰ ਕਲੱਬ 2020 'ਤੇ, ਅਤੇ ਆਓ ਵੀਰਾਂ ਨੂੰ ਮਿਲਦੇ ਹਾਂ। ਭਰਾਵਾਂ ਦਾ ਟਰੈਕਟਰ ਹੈ ਅਤੇ ਇਹਨਾਂ ਨੂੰ ਵੀ ਤੁਸੀਂ ਜਾਣਦੇ ਹੋ, GNW ਵਾਲੇ ਜਿਹੜੇ ਸਾਰੇ ਕਰੋਮ ਅਸੈਸਰੀਜ਼ ਜਿਨ੍ਹਾਂ ਨੇ ਭਰਾ ਨੇ ਕਾਫੀ ਟਰੈਕਟਰਸ ਦੀਆਂ ਤਿਆਰ ਕੀਤੀਆਂ। ਮੈਂ ਹਰ ਵੀਡੀਓ 'ਚ ਭਰਾ ਦਾ ਨਾਮ ਵੀ ਮੈਨਸ਼ਨ ਕਰਦਾ, ਭਰਾ ਸਾਡੀ ਕਦਰ ਨਹੀਂ ਪਾਉਂਦਾ ਬਾਕੀ। ਚਲੋ ਵੀਰੇ, ਆਪਣਾ ਨਾਮ? ਹਰਵਿੰਦਰ ਸਿੰਘ। ਹਰਵਿੰਦਰ ਸਿੰਘ ਨਾਮ ਹੈ ਵੀਰੇ ਦਾ। ਵੀਰੇ ਕਿਹੜੀ ਜਗ੍ਹਾ ਤੋਂ? ਨਿਰੰਗਪੁਰ। ਨਿਰੰਗਪੁਰ ਲਵਲੀ ਯੂਨੀਵਰਸਿਟੀ ਕੋਲ। ਲਵਲੀ ਯੂਨੀਵਰਸਿਟੀ ਦੇ ਕੋਲ ਟਰੈਕਟਰ ਤਿਆਰ ਹੋਇਆ, ਬਹੁਤ ਹੀ ਬਾ ਕਮਾਲ। ਅਤੇ ਸਟਾਰਟ ਕਰਦੇ ਹਾਂ ਹਮੇਸ਼ਾ ਦੀ ਤਰ੍ਹਾਂ ਫਰੰਟ ਸਾਈਡ ਤੋਂ, ਜੋ ਫਰੰਟ ਸਾਈਡ 'ਤੇ ਅੱਜ ਲੱਗਾ ਦੇਖ ਰਹੇ ਹੋ ਨਾ ਤੁਸੀਂ। ਭਾਅ ਜੀ ਕਿੰਨਾ ਸਾਈਜ਼ ਦਾ? ਪਿੱਛੋਂ ਦੀ ਅੱਗੇ ਤੱਕ ਆਪਾਂ ਲਾਸਟ ਪੂਰਾ ਦੱਸਾਂਗੇ, 62 ਇੰਚ ਦਾ। ਅਤੇ ਇਹਦਾ ਵਜ਼ਨ ਕਿੰਨਾ? ਕੁਇੰਟਲ ਤੋਂ ਕੁਇੰਟਲ ਪਲੱਸ ਹੈ। ਅਤੇ ਕਿੰਨੇ ਪੈਸੇ ਲੱਗ ਗਏ ਇਹਦੇ 'ਤੇ? 25 ਤੋਂ 30 'ਚ ਬਹੁਤ ਫਰਕ ਹੈ। 25 ਕਿ 30? 27-28 ਲੈ ਕੇ ਚੱਲੀਏ ਜੀ। ਐਗਜੈਕਟ ਰੇਟ ਤੁਹਾਨੂੰ ਲੈ ਕੇ ਦੇਵਾਂਗੇ। ਇਹਦੇ 'ਚ ਸਪੈਸ਼ਲ ਕੰਮ ਜਿਹੜਾ ਮੈਂ ਦੱਸਦਾ ਕੀ ਹੋਇਆ, ਕਿ ਜਿਹੜੇ ਨਟ ਲੱਗੇ ਇਹਨਾਂ ਨੂੰ ਬੋਲਟ ਲੱਗੇ ਆ, ਉਹ ਵੀ ਕਰੋਮ ਵਾਲੇ। ਇਹ ਕੰਮ ਬਹੁਤ ਮਤਲਬ ਜ਼ਬਰਦਸਤ, ਬੜਾ ਸੋਹਣਾ ਲੱਗਾ ਮੈਨੂੰ ਇਸ ਚੀਜ਼ ਦੇ ਵਿੱਚ। ਬੜੇ ਬੰਦਿਆਂ ਦੇ ਦੇਖੇ ਮੈਂ ਬੰਪਰ ਲੱਗੇ ਵੀ, ਕਈ ਵਾਰੀ ਨਾ ਇੱਕ ਛੋਟੇ ਜਿਹੇ ਬੋਲਟ ਵਾਸਤੇ ਬੰਦਾ ਪੈਸੇ ਬਚਾਉਣ ਲਈ ਜਾਂ ਕਿੱਦਾਂ ਕਹਿ ਦੇਵਾਂ ਮੈਂ ਨਹੀਂ ਕਹਿ ਸਕਦਾ, ਪਰ ਇਹ ਚੀਜ਼ ਕੰਮ ਵਰਕ ਪੂਰਾ ਕੀਤਾ ਗਿਆ, ਇਹਦੇ ਲਈ ਸਲਿਊਟ ਹੈ। ਕੰਮ ਕੀਤਾ ਸਾਡੇ ਭਰਾ ਨੇ। ਇੱਕ ਵਾਰੀ ਮੈਂ ਕਹੂੰਗਾ ਭਰਾ ਦੀ ਜਰਾ ਥੋੜ੍ਹਾ ਜਿਹਾ ਕੈਮਰਾ, GNW ਵਾਲਾ ਭਰਾ ਸਾਡਾ, ਤੁਸੀਂ ਸਾਰੇ ਜਾਣਦੇ ਹੀ ਹੋ। ਅਤੇ ਇਸ ਤੋਂ ਬਾਅਦ ਮੈਂ ਗੱਲ ਕਰਦਾ, ਭਰਾ ਨੇ ਆਪਣੇ ਨਾਮ ਦੀ ਇੱਧਰ ਬੈਚਿੰਗ ਦਿੱਤੀ ਹੈ ਤੇਗਵੀਰ। ਹੈੱਡਲਾਈਟਸ ਜਿਹੜੀਆਂ LED ਵਾਲੀਆਂ ਬਹੁਤ ਸੋਹਣੀਆਂ। ਉਸ ਤੋਂ ਬਾਅਦ ਇੱਕ ਛੋਟਾ ਜਿਹਾ ਮਾਡਲ ਕਿਸੇ ਭਰਾ ਨੇ ਗਿਫਟ ਕੀਤਾ, ਸੇਮ ਟੂ ਸੇਮ ਰੂਬਰੂ ਬਣਾ ਕੇ, ਤੁਸੀਂ ਦੇਖ ਸਕਦੇ ਹੋ। 8-10 ਸਬਵੂਫਰ ਲਗਾ ਕੇ ਪੂਰੇ ਸੇਮ ਟੂ ਸੇਮ ਕਾਪੀ। ਇਸ ਤੋਂ ਬਾਅਦ ਯਾਰ ਭਾਅ ਜੀ ਇਹ ਕੀ ਕਮਾਲ ਕਰਤਾ, ਛੱਤਰੀ ਦੇ ਬਿਲਕੁਲ ਬਰਾਬਰ। ਇਹ ਕਿੰਨਾ ਸਾਈਜ਼ ਕਿੰਨਾ ਇਹਦਾ, ਕੁਝ ਹੈ ਆਈਡੀਆ? 4.5 ਫੁੱਟ ਆ ਜੀ। 4.5 ਫੁੱਟ ਦਾ ਵਾ ਇਹ ਸਲੰਸਰ, ਇਹ ਵੀ ਕਰੋਮ 'ਚ? ਸਟੀਲ ਦਾ ਇਹ ਸਟੇਨਲੈਸ ਸਟੀਲ ਆ। ਤੇ ਇਹਦੇ ਖਰਾਬ ਹੁੰਦਾ ਵੀ ਡਰ ਰਹਿੰਦਾ ਕੋਈ? ਗਰੰਟੀ, ਲਾਈਫ ਟਾਈਮ ਗਰੰਟੀ ਭਾਜੀ। ਲਾਈਫ ਟਾਈਮ ਗਰੰਟੀ 'ਚ ਹੈ, ਇਹ ਕਦੀ ਪੀਲਾ ਨਹੀਂ ਪਊਗਾ, ਕਦੀ ਖਰਾਬ ਨਹੀਂ ਹੋਊਗਾ। ਅਤੇ ਇਹ ਲਾਈਫ ਟਾਈਮ ਗਰੰਟੀ ਵਾਲਾ ਕੰਮ ਕਰ ਰਿਹਾ ਸਾਡਾ ਅਮਨਵੀਰ। ਅਤੇ ਇਹਦਾ ਕਿੰਨਾ ਖਰਚਾ ਆ ਗਿਆ ਵੀਰੇ? ਭਾਜੀ 4,000 ਦਾ। 4,000 ਦੇ ਵਿੱਚ ਲਾਈਫ ਟਾਈਮ ਗਰੰਟੀ ਹੈ ਸਟੇਨਲੈਸ ਸਟੀਲ ਦੀ, ਕਦੀ ਸਟੇਨਲੈਸ ਸਟੀਲ ਖਰਾਬ ਨਹੀਂ ਹੋਊਗੀ? ਨਹੀਂ ਹੋਊਗਾ ਭਾਜੀ। ਅਤੇ ਬਹੁਤ ਵਧੀਆ ਕੰਮ ਹੈ ਯਾਰ, ਵਧੀਆ ਲੱਗਾ। ਅਤੇ ਅਲਟੀਨੇਟਰ ਦਾ ਕੀ ਕੰਮ ਹੋਇਆ ਇਹਦੇ ਵਿੱਚ ਵੀਰੇ? ਅਲਟੀਨੇਟਰ ਭਾਜੀ ਥੋੜ੍ਹਾ ਵੱਡਾ ਲੱਗਾ। ਕਿੰਨੇ ਐਂਪੀਅਰ ਦਾ ਲੱਗਾ? 140 ਐਂਪੀਅਰ ਦਾ। ਕਿੰਨਾ ਖਰਚਾ ਆ ਜਾਂਦਾ ਵੀਰੇ ਅਲਟੀਨੇਟਰ ਦਾ ਕੰਮ ਕਰਾਉਣ 'ਚ? 3,500-4,000 ਰੁਪਏ 140 ਐਂਪੀਅਰ ਦਾ ਜਿਹੜਾ ਵਾ ਆਪਣਾ ਅਲਟੀਨੇਟਰ ਲੱਗ ਜਾਂਦਾ। ਅਤੇ ਇਹਦੀ ਵੀ ਕੋਈ ਗਰੰਟੀ ਵਰੰਟੀ ਮਿਲਦੀ ਹੈ ਮੇਰੇ ਨਾਲ? ਬਟ ਇਹ ਖਰਾਬ ਨਹੀਂ ਹੁੰਦਾ, ਇਹ ਸਹੀ ਚੱਲਦਾ। ਅਤੇ ਉਸ ਤੋਂ ਬਾਅਦ ਦੇਖ ਸਕਦੇ ਹੋ ਤੁਸੀਂ ਫਰੰਟ ਟਾਇਰ ਜਿਹੜੇ 2 ਫੁੱਟੇ ਟਾਇਰ ਪਾਏ ਗਏ ਆ ਕਰੋਮ ਜਿਹੜਾ। ਇਹ ਲਾਸਟ ਵੀਡੀਓ ਵੀ ਤੁਸੀਂ ਸਾਡੀ ਇਸ ਟਰੈਕਟਰ ਦੀ ਦੇਖੀ ਹੋਏਗੀ, ਜਿਹੜਾ ਇੰਨਾ ਜ਼ਿਆਦਾ ਮੋਡੀਫਾਈ ਨਹੀਂ ਸੀ, ਕੁਛ ਥੋੜ੍ਹਾ ਜਿਹਾ ਇਹਦਾ ਵਰਕ ਹਜੇ ਟਚਿੰਗ ਹੋਣ ਵਾਲੀ ਹੈ ਦੁਬਾਰਾ ਤੋਂ। ਮੈਂ ਅਮਨਵੀਰ ਨੂੰ ਕਹੂੰਗਾ ਕਿ ਇਹਨੂੰ ਦੁਬਾਰਾ ਇੱਕ ਫਿਨਿਸ਼ ਦੇ ਵਿੱਚ ਲੈ ਕੇ ਆਏਗਾ। ਅਤੇ 2 ਫੁੱਟੇ ਟਾਇਰ ਹੈ, ਸਪੇਸਰ ਦੇ ਨਾਲ ਵਿਦਾਊਟ ਸਪੇਸਰ? ਇਹ ਸਪੇਸਰ ਦੇ ਨਾਲ ਯੂਜ਼ ਕੀਤੇ ਗਏ ਆ, ਬਹੁਤ ਵਧੀਆ। ਬਾਰ ਲਾਈਟ ਲੱਗੀ ਫਰੰਟ ਸਾਈਡ 'ਤੇ, ਇੱਕ ਆਪਾਂ ਮਿਸ ਕਰ ਗਏ ਹਾਂ, ਉਹ ਵੀ ਦੇਖਣਾ ਚਾਹਾਂਗੇ। ਅਤੇ ਵੀਰੇ ਜਿਹੜੇ ਫਰੰਟ ਟਾਇਰ ਹੈ ਇਹਨਾਂ ਦੇ ਜਿਹੜੇ ਕਰੋਮ ਕੀਤੇ ਜਾਂਦੇ ਆ, ਇਹ ਕਿੰਨਾ ਖਰਚਾ ਆ ਜਾਂਦਾ? 12,000 ਰੁਪਇਆ। ਅਤੇ ਕਰੋਮ ਦੀ ਇਹਦੀ ਵੀ ਕੋਈ ਗਰੰਟੀ ਮਿਲਦੀ ਹੈ ਆਪਾਂ ਨੂੰ? ਪਰ ਹੋਊਗਾ ਟੌਪ ਦਾ ਭਾਅ ਜੀ, ਹੋਏਗਾ ਟੌਪ ਦਾ, ਪਰ ਇਹਦੀ ਗਰੰਟੀ ਨਹੀਂ ਮਿਲੇਗੀ। ਇਸ ਤੋਂ ਬਾਅਦ ਬੈਟਰੀ ਇੱਕ ਐਕਸਟਰਾ ਰੱਖੀ ਹੈ, ਇਹ ਬੈਕਸੀ ਕਵਰ ਵੀ ਯਾਰ ਵੀਰੇ ਕਰੋਮ 'ਚ ਤਿਆਰ ਕਰਾ ਦਿੱਤਾ, ਇਹ ਵੀ ਬਹੁਤ ਸੋਹਣਾ ਕੰਮ ਲੱਗਾ। ਅਤੇ ਜਿਹੜਾ ਫੁੱਟਰੈਸਟ ਬਹੁਤ ਸੋਹਣਾ ਕਰੋਮ ਦੇ ਵਿੱਚ, ਉਸ ਤੋਂ ਬਾਅਦ ਇੱਥੇ ਘੋੜਾ ਵੀ ਬਣਾ ਦਿੱਤਾ, ਇਹ ਵੀ ਪੂਰਾ ਕਰੋਮ 'ਚ ਐਂਡ ਕੰਮ। ਮਜ਼ਾ ਆਇਆ ਦੇਖ ਕੇ ਕੰਮ ਸਾਰਾ। ਅਤੇ ਮੈਂ ਥੋੜ੍ਹਾ ਜਿਹਾ ਇੱਧਰ ਲਾਈਟਾਂ ਵੱਲ ਘੁੰਮਿਆ ਸੀ, ਲਾਈਟਾਂ ਦੀ ਬੈਕ ਸਾਈਡ ਵੀ ਮੈਂ ਦੇਖ ਰਿਹਾ ਕਰੋਮ ਹੀ ਹੈ। ਹਾਂਜੀ, ਇਹ ਵੀ ਕਰੋਮ ਦਿੱਤੀ ਹੈ। ਇਹ ਆਪ ਕੀਤੀ ਹੈ ਕੰਮ? ਨਹੀਂ ਆਪ ਕੀਤੀ ਹੈ ਜੀ। ਇਹ ਵੀ ਅਮਨਵੀਰ ਕੋਲ ਆਪ ਵੀ ਤਿਆਰ ਕਰ ਦਿੰਦਾ। ਇਸ ਤੋਂ ਬਾਅਦ ਜਿਹੜੇ ਹੈਂਡਲ ਫੜ ਕੇ ਕਰਨ ਵਾਲੇ ਵੀ ਇੱਕ ਮੋਸਟਰ ਲੁੱਕ ਦੇ ਵਿੱਚ ਬਹੁਤ ਘੈਂਟ ਰਹੇ, ਵਧੀਆ ਲੁੱਕ ਯਾਰ, ਘੈਂਟ ਕੰਮ ਕੀਤਾ ਅਮਨਵੀਰ ਨੇ, ਮਜ਼ਾ ਆਇਆ ਕੰਮ ਦੇਖ ਕੇ। ਇਸ ਤੋਂ ਬਾਅਦ ਜਿਹੜੀ ਮੇਨ ਚੀਜ਼ ਦਿਖਾਉਣ ਵਾਲੀ ਹੈ ਨਾ, ਮੈਂ ਤੁਹਾਡੇ ਉਹਦੇ ਨਜ਼ਰ ਮਰਵਾਉਣਾ। ਕਿਆ ਬਾਤ ਹੈ, ਮਤਲਬ ਜਿੰਨੇ ਮਾਡਲ
ਭਰਾ ਨੇ ਸਾਡੇ ਨੇ ਕੱਢ ਦਿੱਤੇ ਨਾ ਇੰਨੇ ਮਾਡਲ ਅੱਜ ਤੱਕ ਮੈਂ ਦੇਖੇ ਨਹੀਂ ਕਿਸੇ ਕੋਲ ਹਲੇ ਹੋਰ ਬਹੁਤ ਜ਼ਿਆਦਾ ਆਉਣਗੇ ਭਾਜੀ ਅੱਛਾ ਜੀ ਤੇ ਆਉਣ ਲਈ ਤਿਆਰੀ ਆਪਾਂ ਹੋਰ ਵੀ ਦਿਖਾਵਾਂਗੇ ਹੁਣ ਟਰੈਕਟਰ ਤੇ ਚੱਲਦੇ ਥੋੜੇ ਜੇ ਉਸ ਪਾਸ ਇੱਧਰ ਵੀ ਥੋੜਾ ਮਿਸ ਕਰ ਰਿਹਾ ਉਹ ਟੈਂਕੀ ਲੱਗੀ ਵੀਰੇ ਟੈਂਕੀ ਕਿਹੜੀ ਲੱਗੀ ਉਹ ਕੋਈ ਪ੍ਰੈਸ਼ਰ ਆਨ ਨਾ ਉਹ ਪ੍ਰੈਸ਼ਰ ਆਨ ਨਾ ਯਾਰ ਕਮਾਲ ਹੈ ਅੱਜ ਖੜੇ ਕਿਸੇ ਕਲੋਨੀ ਚ ਨਹੀਂ ਤੇ ਅੱਜ ਚਲਾ ਕੇ ਜ਼ਰੂਰ ਦਿਖਾਉਂਦੇ ਪੂਰੇ ਵਰਕਿੰਗ ਹੈ ਕੰਮ ਐਂਡ ਕੀਤੇ ਭਰਾ ਨੇ ਇੱਕ ਤੋਂ ਇੱਕ ਤੇ ਅੱਗੇ ਆਪਾਂ ਚੱਲਦੇ ਹਾਂ ਟਰੈਕਟਰ ਦੇ ਵੱਲ ਥੋੜ੍ਹਾ ਜਿਹਾ ਇਸ ਸਾਈਡ ਦਾ ਵੀ ਮੈਂ ਦਿਖਾਉਣਾ ਵੀਰੇ ਆ ਗਈ ਸ਼ੀਸ਼ਾ ਲਾ ਕੇ ਰੈੱਡ ਬੁਲ ਰੱਖਣ ਨੂੰ ਬਣਾਤਾ ਇਹ ਰੈੱਡ ਬੁਲ ਰੱਖਣ ਨੂੰ ਗਲਾਸ ਰੈੱਡ ਬੁਲ ਰੱਖਣ ਨੂੰ ਇੱਥੇ ਆਰਾਮ ਨਾਲ ਦੋ ਰੱਖੋ ਜਾਂ ਕਹਿੰਦੇ ਇੱਕ ਤੇ ਦੋ ਹਾਂਜੀ ਕੀ ਬਾਤ ਹੈ ਇਹ ਵੀ ਕਾਰਡ ਇੱਕ ਨਵੀਂ ਕੱਢੀ ਹੈ ਭਰਾ ਨੇ ਤੇ ਯਾਰ ਮਜ਼ੇਦਾਰ ਵਧੀਆ ਕੰਮ ਛੋਟੇ ਛੋਟੇ ਕੰਮ ਬਹੁਤ ਵਧੀਆ ਇਹ ਪੈਡਲ ਵੀ ਰੇਸਦਾ ਆਪ ਹੀ ਇਹ ਵੀ ਕਰੋਮ ਕੀਤੇ ਆਪ ਹੀ ਕੀਤੇ ਆ ਤੇ ਯਾਰ ਬਹੁਤ ਸੋਹਣਾ ਕੰਮ ਹੈ ਤੇ ਹੈਂਡਲ ਤੁਹਾਨੂੰ ਮੈਂ ਦੱਸ ਹੀ ਚੁੱਕਾ ਹੁਣ ਗੱਲ ਕਰਦੇ ਹਾਂ ਅਸੀਂ ਡਾਊਨ ਸੀਲਿੰਗ ਵਾਲੇ ਪਾਸੇ ਵੀਰੇ ਡਾਊਨ ਸੀਲਿੰਗ ਵਾਲੇ ਪਾਸੇ ਜਾਣ ਤੋਂ ਪਹਿਲਾਂ ਸਟੀਅਰਿੰਗ ਦਾ ਕੰਮ ਤੇ ਜਿਹੜੇ ਕਰੋਮ ਦੇ ਆ ਅਸੈਸਰੀ ਤੁਸੀਂ ਛੋਟੀ ਛੋਟੀ ਲਈ ਇੱਥੇ ਕਿੰਨਾ ਕੁ ਖਰਚਾ ਆ ਗਿਆ ਤੇ ਭਾਜੀ 8-9000 ਰੁਪਏ ਲੱਗ ਗਿਆ ਸਟੀਅਰਿੰਗ ਸਮੇਤ ਸਟੀਅਰਿੰਗ ਸਮੇਤ ਬਾਕੀ ਛੋਟੀ ਅਸੈਸਰੀ ਸਾਰੀ ਲੈ ਛੋਟੀ ਅਸੈਸਰੀ ਲਾਈਟਾਂ ਕਰਕੇ ਆ ਕਰਕੇ 8-9000 ਰੁਪਿਆ ਰੇਟ ਸਿਰਫ ਤੁਹਾਡੇ ਲਈ ਨੇ ਕਿ ਤੁਸੀਂ ਆਪਣੇ ਟਰੈਕਟਰ ਨੂੰ ਕਿੱਦਾਂ ਮੋਡੀਫਾਈ ਕਰ ਸਕਦੇ ਹੋ ਇਸ ਤੋਂ ਬਾਅਦ ਡਾਊਨ ਸੀਲਿੰਗ ਦੇਖ ਸਕਦੇ ਹੋ ਤੁਸੀਂ ਹੈਲਮਟ ਸਪੀਕਰ ਕਮਾਲ ਹੈ ਯਾਰ ਇਹ ਅੱਜ ਕੱਲ੍ਹ ਨਜ਼ਰ ਵੀ ਨਹੀਂ ਆਉਂਦੇ ਇਹ ਅਨਮੋਲ ਨੇ ਮਤਲਬ ਇਹਨਾਂ ਦਾ ਕੋਈ ਮੋਲ ਨਹੀਂ ਇਹ ਇਹਨਾਂ ਦੀ ਕੀਮਤ ਜਿਹੜੇ ਸਾਊਂਡ ਲਵਰ ਹੈ ਨਾ ਉਹੀ ਜਾਣਦੇ ਹੋਣਗੇ ਕਿ ਇਹ ਵਾਕਈ ਇਹਨਾਂ 'ਚੋਂ ਕੀ ਆਹ ਵੋਕਲ ਬਾਹਰ ਆਉਂਦਾ ਅਤੇ ਇਸ ਤੋਂ ਬਾਅਦ 4 ਲੱਗੇ ਕਿੱਕਰ ਦੇ ਓਵਲ 2-4-6-8 ਪਾਇਨੀਅਰ ਉਸ ਤੋਂ ਬਾਅਦ 8 ਪਾਇਨੀਅਰ ਤੋਂ ਬਾਅਦ ਵੀ 4 ਓਵਲ ਨੀਚੇ ਨਜ਼ਰ ਆ ਰਹੇ ਹੋਣਗੇ ਤੁਹਾਨੂੰ ਮਤਲਬ ਟੋਟਲ ਇਹਦੇ 'ਚ ਜੇ ਮੈਂ ਸਪੀਕਰਸ ਦੀ ਗੱਲ ਕਰਾਂ ਅਤੇ 4 ਓਵਲ ਉਹ ਅਤੇ 4 ਨੀਚੇ 8 ਓਵਲ ਅਤੇ 2 ਹੈਲਮਟ 10 ਹੀ ਸਪੀਕਰ ਅਤੇ 10 ਹੀ ਬੂਫਰ 10 ਬੂਫਰ ਕਿੱਦਾਂ ਵੀਰੇ 8 ਬੂਫਰ ਫਰੰਟ ਸਾਈਡ ਅਤੇ ਪਾਇਨੀਅਰ ਆਓ ਬੈਕ ਸਾਈਡ ਤੋਂ ਮੈਂ ਤੁਹਾਨੂੰ ਥੋੜ੍ਹੀ ਨਜ਼ਰ ਮਰਵਾਉਣਾ 2 ਸਬ ਬੂਫਰ ਲੱਗੇ ਕਿੱਕਰ ਦੇ 15 ਇੰਚ ਦੇ ਤੁਸੀਂ ਦੇਖ ਸਕਦੇ ਹੋ ਅਤੇ ਭਰਾ ਕਹਿੰਦਾ ਕਿ ਥੋੜ੍ਹਾ ਜਿਹਾ ਮੇਰਾ ਵੀ ਨਾਮ ਦਿਖਾ ਦਿਓ ਅਤੇ ਆਪਾਂ ਜ਼ਰੂਰ ਦਿਖਾਉਂਦੇ ਹਾਂ GNW ਵਾਲੇ ਭਰਾ ਦਾ ਭਰਾ ਤੇਰੇ ਨਾਮ ਨੂੰ ਨਾਲ ਹੀ ਲੈ ਕੇ ਜਾਵਾਂਗੇ ਟੈਨਸ਼ਨ ਨਾ ਲਾ ਦੂੰ ਅਤੇ ਇਸ ਤੋਂ ਬਾਅਦ ਬੈਕ ਸਾਈਡ ਤੋਂ ਦੇਖ ਸਕਦੇ ਹੋ ਇਹਦੀ ਜਿਹੜੀ 70 ਕੱਪੜੇ ਦੇ ਨਾਲ ਬੈਕ ਸਾਈਡ ਤੋਂ ਦਿਖਾਏਗਾ ਭਰਾ ਮੇਰਾ 70 ਕੱਪੜੇ ਦੇ ਨਾਲ ਪੂਰਾ ਮਤਲਬ ਹਿਊਜ ਲੁੱਕ ਬਹੁਤ ਹੀ ਸੋਹਣਾ ਮਜ਼ੇਦਾਰ ਅਤੇ ਇਹ ਜਿਹੜਾ ਸਾਰਾ ਸਿਸਟਮ ਰਨ ਹੋ ਰਿਹਾ 7 ਐਂਪ ਲੱਗੇ ਆ ਇਹਨੂੰ ਰਨ ਕਰਨ ਵਾਸਤੇ 5 ਲੱਗੀਆਂ ਮੋਨੋ 2 ਲੱਗੇ 4 ਚੈਨਲ 7 ਐਂਪ ਦੇ ਨਾਲ ਇਹ ਸਾਰਾ ਸਿਸਟਮ ਹੋ ਰਿਹਾ ਰਨ ਮਜ਼ੇਦਾਰ ਛੱਤਰੀ ਦੇ ਉੱਪਰ ਵੀ ਤੁਹਾਨੂੰ ਮੈਂ ਦਿਖਾਊਂਗਾ ਰਿਫਲੈਕਟਰ ਮਤਲਬ ਮੈਂ ਜਿੰਨੀ ਵਾਰੀ ਘੁੰਮੀ ਜਾਵਾਂਗਾ ਦੇਖੀ ਜਾਊਂਗਾ ਨਾ ਇੱਕ ਅਲੱਗ ਹੀ ਲੁੱਕ ਦੇ ਵਿੱਚ ਇੱਕ ਅਲੱਗ ਪਾਰਟ ਨਜ਼ਰ ਕੇ ਸਾਹਮਣੇ ਆ ਜਾਣਾ ਮਤਲਬ ਬਹੁਤ ਮਜ਼ੇਦਾਰ ਇਸ ਤੋਂ ਬਾਅਦ ਲਓ ਜੀ ਅੱਗੇ ਆਇਆ ਵਾ ਤਾਂ ਇੱਕ ਹੋਰ ਪਾਰਟ ਸਪਿਨਰ ਉਹ ਵੀ ਨਵੇਂ ਸਟਾਈਲ ਦਾ ਮਿੰਨੀ ਕੂਪਰ ਦਾ ਸੈਂਟਰ ਬੈਚਿੰਗ ਦੇ ਕੇ ਅੰਦਰੋਂ ਪੂਰਾ ਬਲੈਕ ਉੱਪਰ ਲਗਾਤਾਰ ਸਪਿਨਰ ਕਰੋਮ ਦਾ ਅਲੱਗ ਹੀ ਲੁੱਕ 'ਚ ਅਲੱਗ ਮਜ਼ੇਦਾਰ ਮਜ਼ਾ ਆਇਆ ਦੇਖ ਕੇ ਬਾਕੀ ਕਮੈਂਟ ਕਰਨਾ ਤੁਹਾਡੇ 'ਤੇ ਕਿਉਂਕਿ ਵੀਡੀਓ ਹੈ ਤੁਹਾਡੇ ਲਈ ਮੇਰੇ ਖਿਆਲ 'ਚ ਵੀਰੇ ਕਮਨ ਵੀਰੇ ਕੋਈ ਹੋਰ ਪਾਰਟ ਰਹਿ ਗਿਆ ਆਪਣਾ ਬਹੁਤ ਰਹਿੰਦੇ ਹੁੰਦੇ ਦਾ ਵੀ ਲੱਗੇ ਨਹੀਂ ਆਪਾਂ ਜੋ ਅੱਜ ਲਾਇਆ ਇਹਦੇ 'ਚ ਕੁਛ ਕੁਛ ਰਹਿ ਗਿਆ ਟਾਈਮ ਇੱਦਾਂ ਦਾ ਨਹੀਂ ਆਪਾਂ ਹੁਣ ਜਿਹੜਾ ਵੀਡੀਓ 'ਚ ਆਪਣੇ ਦੋਸਤਾਂ ਨੂੰ ਦੱਸਣਾ ਹੋਵੇ ਇਹੀ ਹੈ ਨਾ ਆਪਾਂ ਕੁਛ ਮਿਸ ਤਾਂ ਨਹੀਂ ਕਰ ਰਹੇ ਅੱਜ ਆਪਾਂ ਮਿਸ ਨਹੀਂ ਕਰ ਰਹੇ ਪਰ ਆਉਣ ਵਾਲੇ ਟਾਈਮ 'ਚ ਅਪਗ੍ਰੇਡ ਹੋਏਗਾ ਅਤੇ ਆਪਾਂ ਉਹ ਵੀ ਦੱਸਾਂਗੇ ਤੁਹਾਨੂੰ ਅਤੇ ਸਿਸਟਮ ਤੁਹਾਨੂੰ ਪਤਾ ਹੀ ਹੈ ਯਾਰ ਕਿੰਨਾ ਹੈਵੀ ਲੱਗਾ ਅਤੇ ਇਹ ਲੱਗਾ ਸਾਡੇ ਫਗਵਾੜਾ ਤੋਂ ਲਾਡੀ ਭਾਜੀ ਤੋਂ ਆਟੋ ਫੀਵਰ ਲਾਡੀ ਭਾਜੀ ਤੋਂ ਆਟੋ ਫੀਵਰ ਤੋਂ ਲੱਗਾ ਡਿਸਕ੍ਰਿਪਸ਼ਨ ਬੁੱਕ ਦੇ ਵਿੱਚ ਮੈਂ ਨੰਬਰ ਵੀ ਜ਼ਰੂਰ ਛੱਡ ਦਾਂਗਾ ਅਤੇ ਜਿੰਨਾ ਸੋਹਣਾ ਕੰਮ ਕੀਤਾ ਸਾਡੇ ਭਰਾ ਨੇ ਤੁਸੀਂ ਜ਼ਰੂਰ ਕੰਟੈਕਟ ਕਰ ਸਕਦੇ ਹੋ ਉਹਨਾਂ ਨੂੰ ਸਾਰਾ ਕੰਮ ਉੱਥੇ ਹੀ ਹੋਇਆ ਅਤੇ ਇੱਕ ਕੰਮ ਹੋਰ ਬੜਾ ਸਪੈਸ਼ਲ ਹੈ ਭਾਜੀ ਕੋਲ DSP ਵੀ ਅਵੇਲੇਬਲ ਹੁੰਦਾ ਜੇ ਕਿਸੇ ਭਰਾ ਨੂੰ ਚਾਹੀਦਾ ਹੋਣ ਜਾਂ ਕੁਛ ਵੀ ਅਤੇ ਆਪਾਂ ਤੁਹਾਨੂੰ ਇਸ ਟਰੈਕਟਰ 'ਚ ਵੀ ਦਿਖਾਉਂਦੇ ਹਾਂ DSP ਵੀ ਲੱਗਾ ਅਤੇ ਹੈੱਡ ਯੂਨਿਟ ਕਿਹੜਾ ਲੱਗਾ ਉਹ ਵੀ ਦੱਸਦੇ ਹਾਂ ਅਤੇ ਮਿਊਜ਼ਿਕ ਸੁਣਾਂਗੇ ਆਪਾਂ NCS ਦਾ ਅਤੇ ਲੋ ਯਾਰ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਹੈੱਡ ਯੂਨਿਟ ਅਤੇ DSP ਹੈੱਡ ਯੂਨਿਟ ਲੱਗਾ ਪਾਇਨੀਅਰ ਦਾ ਅਤੇ DSP ਲੱਗਾ ਇਹਨੂੰ 9900 DSP ਅਮਨਵੀਰ ਕਮਾਲ ਕਰਤੀ ਭਾਜੀ ਯਾਰ ਟਰੈਕਟਰ 'ਤੇ DSP ਤੇ ਮਿਊਜ਼ਿਕ ਵੀ ਇੱਦਾਂ ਹੀ ਵੱਜਦਾ ਫਿਰ ਠਾ ਕਰਕੇ ਤੇ ਸੁਣੀਏ ਫਿਰ ਮਿਊਜ਼ਿਕ ਤੇ ਯਾਰ ਆਓ ਆਪਾਂ ਸੁਣਦੇ ਹਾਂ ਹੁਣ NCS ਦਾ ਮਿਊਜ਼ਿਕ ਇੰਜੋਏ ਕਰਦੇ ਹਾਂ ਅਤੇ ਪੰਜਾਬੀ ਗਾਣਾ ਤੁਹਾਨੂੰ ਸੁਣਨ ਨੂੰ ਮਿਲੇਗਾ ਸਾਡੀ ਇੰਸਟਾਗ੍ਰਾਮ ਆਈਡੀ 'ਤੇ ਇਹ ਵੀਡੀਓ ਕਰਦੇ ਹਾਂ ਇੱਥੇ ਹੀ ਐਂਡ ਕੁਛ ਕਹਿਣਾ ਚਾਹੁੰਦੇ ਵੀਰੇ ਆਪਾਂ ਹੋਰ ਕਿਉਂ ਆਮ ਕਰਨਾ ਜੀ ਆਪਣਾ ਨੰਬਰ ਤਾਂ ਬੋਲਦਾ ਫਿਰ ਤੋਂ ਸਾਡੇ ਕੰਟੈਕਟ ਕਿੱਦਾਂ ਕਰੂਗੇ ਤੁਹਾਨੂੰ 8968712398 ਅਤੇ ਲਾਡੀ ਭਾਈ ਦਾ ਨੰਬਰ ਜਿੱਥੋਂ ਕੰਮ ਹੋਇਆ ਸਾਰਾ ਉਹਦਾ ਨੰਬਰ ਵੀ ਮੈਂ ਡਿਸਕ੍ਰਿਪਸ਼ਨ ਬੁੱਕ 'ਚ ਛੱਡ ਦੂੰਗਾ ਜ਼ਰੂਰ ਤੁਸੀਂ ਜਾ ਕੇ ਸੇਵਾ ਦਾ ਮੌਕਾ ਦਿਓ ਭਾਜੀ ਨੂੰ ਅਤੇ ਅਮਨਵੀਰ ਨੂੰ ਵੀ ਅੱਜ ਦੀ ਉਹ ਇਜਾਜ਼ਤ ਜਾਂਦੇ ਜਾਂਦੇ ਸੁਣੀਓ NCS ਦਾ ਮਿਊਜ਼ਿਕ ਅਤੇ ਟਰੈਕਟਰ ਦੀਆਂ ਪਿਕਸ ਅਤੇ ਪੰਜਾਬੀ ਗਾਣਾ ਤੁਹਾਨੂੰ ਸਾਡੀ ਇੰਸਟਾਗ੍ਰਾਮ ਆਈਡੀ 'ਤੇ ਦੇਖਣ ਨੂੰ ਮਿਲੇ ਸੁਣਨ ਨੂੰ ਮਿਲੇਗਾ ਮੋਡੀਫਾਈਡ ਅੰਡਰਸਕੋਰ ਕਲੱਬ 2020 ਜਿੰਨਾ ਪਿਆਰ ਇੱਥੇ ਦਿੰਦੇ ਉੱਥੇ ਜਾ ਕੇ ਦਿਆ ਕਰੋ ਤੁਹਾਡੇ ਭਰਾਵਾਂ ਦੇ ਪਿਆਰ ਨਾਲ ਹੀ ਅਸੀਂ ਸਭ ਕੁਛ ਹਾਂ ਥੈਂਕ ਯੂ ਸੋ ਮੱਚ ਟੇਕ ਕੇਅਰ ਗੁੱਡ ਬਾਏ ਕੱਲ੍ਹ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ
ਸੋਰੀ।